ਦੋਸਤੋ ਇਹ ਦੁਨੀਆ ਬੜੀ ਅਜੀਬ ਹੈ, ਇੱਥੇ ਹਰ ਰੋਜ਼ ਕੁਝ ਨਾ ਕੁਝ ਅਜਿਹਾ ਹੁੰਦਾ ਹੈ ਜਿਸ ਨੂੰ ਦੇਖ ਕੇ ਤੁਸੀਂ ਕਹੋਗੇ ਵਾਹ ਯਾਰ ਇੱਦਾਂ ਵੀ ਹੋ ਸਕਦਾ ਹੈ। ਜੀ ਹਾਂ ਦੋਸਤੋ, ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਸਰਦੀਆਂ ਦਾ ਮੌਸਮ ਹੈ ਅਤੇ ਸੰਘਣੀ ਧੁੰਦ ਕਾਰਨ ਵਿਜੀਬਿਲਿਟੀ ਘੱਟ ਜਾਂਦੀ ਹੈ ਅਤੇ ਸੜਕਾਂ ਦੇ ਉੱਤੇ ਗੱਡੀਆਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਨੇ, ਅਤੇ ਅਜਿਹੀ ਸਥਿਤੀ ਵਿੱਚ ਕਈ ਵਾਰ ਸੜਕ ਦੇ ਉੱਤੇ ਐਕਸੀਡੈਂਟ ਵੀ ਹੋ ਜਾਂਦੇ ਨੇ। ਜੀ ਹਾਂ, ਇੱਕ ਅਜਿਹਾ ਹੀ ਐਕਸੀਡੈਂਟ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਦੋਸਤੋ, ਕਈ ਵਾਰੀ ਸੜਕ 'ਤੇ ਇੱਦਾਂ ਦੇ ਐਕਸੀਡੈਂਟ ਹੋ ਜਾਂਦੇ ਨੇ ਜਿੱਥੇ ਕੁਝ ਲੋਕ ਲੋਕਾਂ ਨੂੰ ਬਚਾਉਣ ਦੀ ਥਾਂ 'ਤੇ ਉੱਥੇ ਗੱਡੀਆਂ ਦੀ ਲੁੱਟ ਕਰ ਲੈਂਦੇ ਨੇ। ਜੀ ਹਾਂ, ਅਜਿਹਾ ਹੀ ਇੱਕ ਐਕਸੀਡੈਂਟ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਜਿੱਥੇ ਦੋ ਗੱਡੀਆਂ ਨਹੀਂ ਬਲਕਿ ਬਹੁਤ ਸਾਰੀਆਂ ਗੱਡੀਆਂ ਦਾ ਸੰਘਣੀ ਧੁੰਦ ਕਾਰਨ ਹਾਦਸਾ ਹੋ ਗਿਆ। ਜੀ ਹਾਂ, ਐਕਸੀਡੈਂਟ ਹੋ ਗਿਆ, ਪਰ ਲੋਕਾਂ ਨੇ ਲੋਕਾਂ ਨੂੰ ਬਚਾਉਣ ਦੀ ਥਾਂ 'ਤੇ ਹੀ ਐਕਸੀਡੈਂਟ ਵਾਲੇ ਲੋਕਾਂ ਨੂੰ ਬਚਾਉਣ ਦੀ ਥਾਂ 'ਤੇ ਹੀ ਜਾਂ ਕਹਿ ਲਓ ਕਿ ਮਰੀਜ਼ਾਂ ਨੂੰ ਬਚਾਉਣ ਦੀ ਥਾਂ 'ਤੇ ਗੱਡੀਆਂ ਦੀ ਲੁੱਟ ਕਰਨੀ ਸ਼ੁਰੂ ਕਰ ਦਿੱਤੀ ਆ। ਤੁਸੀਂ ਵੀਡੀਓ ਦੇਖ ਰਹੇ ਹੋ ਜਿਹਦੇ ਵਿੱਚ ਮੁਰਗੀਆਂ ਦੀ ਐਕਸੀਡੈਂਟ ਹੋਈ ਗੱਡੀ ਦੀ, ਲੋਕ ਅੰਨੇ ਵਾਹ ਲੁੱਟ ਕਰ ਰਹੇ ਨੇ, ਕੋਈ ਬੋਰੀਆਂ 'ਚ ਪਾ ਕੇ ਲੈ ਕੇ ਜਾ ਰਿਹਾ, ਕੋਈ ਹੱਥ 'ਚ ਫੜ ਕੇ ਲੈ ਕੇ ਜਾ ਰਿਹਾ ਅਤੇ ਕੋਈ ਮੋਟਰਸਾਈਕਲ ਨਾਲ ਬੰਨ੍ਹ ਕੇ ਲੈ ਕੇ ਜਾ ਰਿਹਾ, ਅਤੇ ਇਹ ਕਿੱਥੋਂ ਤੱਕ ਜਾਇਜ਼ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦਿਓ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਨਸਾਨੀਅਤ ਦੇ ਨਾਲ।